ਕੀ ਨਾਮ ਤੁਹਾਡਾ? ਅਸ਼ਵਨੀ। ਹਾਂਜੀ, ਇਹ ਕਿਹੜਾ ਇਲਾਕਾ ਪੈਂਦਾ ਜੀ? ਜੇ ਕੀ ਪ੍ਰੋਬਲਮ ਇੱਥੇ ਦੀ? ਭਾਜੀ ਇੱਥੇ ਕੁੱਤੇ ਬੜੇ ਹੈਗੇ ਗਲੀ ਦੇ ਵਿੱਚ ਸਾਡੇ। ਹਾਂਜੀ, ਇਹ ਹਰ ਕਿਸੇ ਨੂੰ ਪੈਂਦੇ ਨੇ ਤੇ ਘਰੋਂ ਨਿਕਲਣਾ ਮੁਸ਼ਕਲ ਹੋਇਆ ਹੈ। ਦੁਕਾਨਦਾਰੀਆਂ ਵੀ ਖਰਾਬ ਹੋਈਆਂ ਹੈਗੀਆਂ, ਸਾਡੇ ਬੱਚੇ ਵੀ ਬਾਹਰ ਨਿਕਲਦੇ ਤੇ ਸਾਨੂੰ ਡਰ ਲੱਗਾ ਰਹਿੰਦਾ ਕਿ ਬੱਚੇ ਨੂੰ ਵੱਢ ਨਾ ਦੇਵੇ। ਸਾਨੂੰ ਹਰ ਵੇਲੇ ਬੜਾ ਜਾਨ ਨੂੰ ਖਤਰਾ ਹੈਗਾ, ਇਸੇ ਕਰਕੇ ਇਹਨਾਂ ਦਾ ਕੁਛ ਹੱਲ ਕੀਤਾ ਜਾਵੇ ਤੇ ਇਹਨਾਂ ਨੂੰ ਇੱਥੋਂ ਭੇਜਿਆ ਜਾਵੇ ਕਿਤੇ ਲੈ। ਤੁਸੀਂ ਆਪਣੇ ਇਲਾਕੇ ਦੇ ਕੌਂਸਲਰ ਜਾਂ ਕਾਰਪੋਰੇਸ਼ਨ ਦੇ ਕਿਸੇ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਹੋਵੇ? ਇੱਕ ਵਾਰੀ ਗਿਆ ਸੀ ਭਾਜੀ ਸਾਡੇ ਗਲੀ ਦੇ ਬੰਦਿਆਂ ਨੇ, ਮਗਰ ਕੋਈ ਸੁਣਵਾਈ ਨਹੀਂ ਹੋਈ। ਤੁਸੀਂ ਕੀ ਪ੍ਰਸ਼ਾਸਨ ਕੋਲ ਕੀ ਮੰਗ ਚਾਹੁੰਦੇ? ਅਸੀਂ ਉਹਨਾਂ ਨੂੰ ਇਹੀ ਚਾਹੁੰਦੇ ਹਾਂ ਕਿ ਇਹਨਾਂ ਨੂੰ ਚੁਕਵਾਇਆ ਜਾਵੇ ਇੱਥੋਂ ਤੇ ਜਿਹੜੀ ਸਾਡੀ ਮੁਸ਼ਕਲ ਹੈਗੀ ਨਾ ਉਹ ਦੂਰ ਕੀਤੀ ਜਾਵੇ। ਕੀ ਨਾਮ ਤੁਹਾਡਾ? ਮੈਂ ਨਾ ਮੋਨਿਕਾ। ਕਿਹੜਾ ਇਲਾਕਾ ਪੈਂਦਾ ਤੁਹਾਡਾ? ਸ਼੍ਰੀਪੁਰਾ। ਅੱਛਾ, ਕੀ ਪ੍ਰੋਬਲਮ ਹੈ ਇੱਥੇ ਇਲਾਕੇ 'ਚ? ਸਾਨੂੰ ਇਸ ਇਲਾਕੇ 'ਚ ਕੁੱਤਿਆਂ ਦੀ ਬੜੀ ਪ੍ਰੋਬਲਮ ਜੇ। ਕੱਲ੍ਹ ਵੀ ਬੱਚੇ ਇੱਥੇ ਸਾਈਕਲ 'ਤੇ ਨਿਕਲਦੇ ਪਏ ਸੀਗੇ ਅਤੇ ਇਹਨਾਂ ਕੁੱਤਿਆਂ ਨੂੰ ਉਹਨਾਂ ਨੂੰ ਸੁੱਟ ਦਿੱਤਾ ਬੱਚਿਆਂ ਨੂੰ, ਔਰ ਉਹਨੂੰ ਪੈ ਗਏ ਨੇ। ਔਰ ਮੈਂ ਹੀ ਗਲੀ ਚੱਕ ਕੇ ਬੋਲੀ ਹਾਂ ਵੀ ਇਹ ਕੁੱਤੇ ਚੱਕ ਹੋਣੇ ਚਾਹੀਦੇ, ਚੱਕੇ ਜਾਣੇ ਚਾਹੀਦੇ ਜੇ। ਅੱਜ ਤੱਕ ਤੁਸੀਂ ਕਦੇ ਕਿਸੇ ਕਾਰਪੋਰੇਸ਼ਨ ਦੀ ਕਿਤੇ? ਹਾਂਜੀ, ਅਸੀਂ ਕੰਪਲੇਂਟ ਕੀਤੀ ਜੇ। ਹਾਂਜੀ, ਕੀ ਹੱਲ ਨਿਕਲਿਆ? ਕੋਈ ਹੱਲ ਨਹੀਂ ਨਿਕਲਿਆ ਜੇ। ਅਸੀਂ ਇਹੀ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਹਨਾਂ ਕੁੱਤਿਆਂ ਕੋਲੋਂ ਮੁਕਤੀ ਮਿਲ ਜਾਏ। ਤਿੰਨ ਚਾਰ ਗਲੀਆਂ, ਕੁੱਤੇ ਬਹੁਤ ਹੈ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਔਰ ਤੁਹਾਡਾ ਨਾਮ ਕੀ? ਹੀਰਾ ਲਾਲ। ਤੁਹਾਨੂੰ ਇੱਥੇ ਕੀ ਸਮੱਸਿਆ ਆ ਰਹੀ ਹੈ? ਇਹ ਸਮੱਸਿਆ ਆ ਰਹੀ ਹੈ ਇੱਥੇ ਕੁੱਤੇ ਹੈਗੇ ਆ 3-4-5-7, ਇਹ ਬੱਚਿਆਂ ਨੂੰ ਆਉਂਦਿਆਂ ਜਾਂਦਿਆਂ ਵੱਢਦੇ ਆ। ਹੁਣ ਤੱਕ ਤੇ 5-7 ਜਣੇ, ਬਹੁਤ ਜਣੇ ਵੱਢ ਚੁੱਕੇ ਆ। ਤੇ ਹੁਣ ਤਾਂ ਤਾਜ਼ਾ ਤਾਜ਼ਾ ਕੇਸ ਹੋਇਆ, 4-5 ਕੱਲ੍ਹ ਦੇ ਫਿਰ ਵੱਢੇ ਗਏ ਆ। ਦੋ ਬੱਚੇ ਮਾਹੇ ਬੱਚੇ ਸਾਈਕਲ 'ਤੇ ਜਾਣ ਰਹੇ ਸੀ, ਉਹਨਾਂ ਦੇ ਮਾਹੇ ਬੱਚੇ ਕੰਧ ਦੇ ਵਿੱਚ ਵੱਜੇ, ਸਕੂਟਰ ਉੱਧਰੋਂ ਆ ਰਹੇ ਸੀ, ਸਕੂਟਰ ਦੇ ਵਿੱਚ ਵੱਜੇ ਜਾ ਕੇ। ਬਚਾਅ ਹੋ ਗਿਆ ਨਾ ਤਾਂ? ਨਹੀਂ ਬਚਾਅ ਨਹੀਂ, ਬੱਚਾ ਤਾਂ ਲੰਘਾ ਕੇ ਤੁਰਿਆ ਨਹੀਂ, ਪਤਾ ਬਚਾਅ ਹੋਇਆ, ਘਰ ਜਾ ਕੇ ਪਾ ਲੱਗੇ ਮੰਮੀ ਡੈਡੀ ਦੇਖਾਂਗੇ। ਅਤੇ ਸ਼ਿਕਾਇਤ ਦੋ ਦਿਨ ਹੋਈ ਕੀਤੀ ਹੈ, ਕੋਈ ਸੁਣਾਈ ਨਹੀਂ ਕਰਦੇ ਪਿਆ। ਇੱਧਰ ਵੀ ਕੁੱਤੇ ਹੈਗਾ, ਪਿਛਲੀ ਗਲੀ 'ਚ ਵੀ ਪੈਂਦੀ, ਉੱਧਰ ਵੀ ਬੜੇ ਕੁੱਤੇ ਆਉਂਦੇ ਜਾਂਦੇ ਵੱਢਦੇ ਆ। ਲੋਕਾਂ ਚਾਹ ਬਚਾ 5-5 ਹਜ਼ਾਰ ਰੁਪਏ ਵਾ ਜਾਂ ਕਨੈਕਸ਼ਨ ਲਵਾਉਂਦੇ ਨੇ ਇੰਜੈਕਸ਼ਨ, ਅਤੇ ਲੋਕਾਂ 5-5 ਹਜ਼ਾਰ ਰੁਪਇਆ ਐਵੇਂ ਲੱਗ ਜਾਂਦਾ ਹੈ। ਕਿਸੇ ਨੇ ਕੁੱਤੇ ਨੂੰ ਮਾਰੀਏ ਅਤੇ ਲੋਕ ਕਹਿੰਦੇ ਤੁਹਾਡੇ ਐਕਸ਼ਨ ਆਉਣਾ, ਫਲਾਣ ਕਰਨਾ। ਅਗਰ ਕੁੱਤਿਆਂ ਨੂੰ ਬੱਚਿਆਂ ਨੂੰ ਵੱਢਦੇ ਤਾਂ ਕੋਈ ਐਕਸ਼ਨ ਨਹੀਂ ਆਏਗਾ। ਲੋਕਾਂ 4-5 ਹਜ਼ਾਰ ਲੱਗ ਜਾਂਦਾ ਉੱਤੇ ਬੱਚਿਆਂ ਦੇ, ਅਤੇ ਇਹਨਾਂ ਕੋਈ ਐਕਸ਼ਨ ਨਹੀਂ ਆਏਗਾ। ਉੱਦਾਂ ਗੌਰਮੈਂਟ ਕਹਿੰਦੀ ਹੈ ਅਤੇ ਕਹਿਣਾ ਨਹੀਂ ਕਹਿਣਾ, ਅਤੇ ਉਹ ਜਾਨ ਨੂੰ ਮਾਰਨਾ ਪਾਪ ਹੈ ਵਾ, ਜਾਂ ਬੱਚਿਆਂ ਨੂੰ ਵੱਢੀ ਜਾਂਦਾ ਕੋਈ ਪਾਪ ਨਹੀਂ। ਆਏ ਜਾਣੇ ਆ ਗਲੀ ਦੇਖਭਾਲ ਹੋਣੀ ਚਾਹੀਦੀ, ਕੁੱਤੇ ਚੁੱਕਣੇ ਚਾਹੀਦੇ, ਉੱਥੇ ਬੱਚਿਆਂ ਨਾਲ ਲਾਂਘਾ ਸਹੀ ਹੋਣਾ ਚਾਹੀਦਾ। Subscribe to our YouTube channel News DNN by clicking the bell icon. Don't forget to like, comment and share.